वाहिगुरु जी की फतेह। पूरा सो पहचानिए जो लरे दीन के ਦਰਬਾਰ ਸੱਜਿਆ ਏ। ਉਸ ਦਰਬਾਰ ਦੇ ਵਿੱਚ ਇੱਕ ਸਿੱਖ ਨੇ
ਆਣ ਕੇ ਖਬਰ ਦਿੱਤੀ ਹੈ। ਉਸਨੇ ਆਖਿਆ ਸਤਿਗੁਰੂ ਜੀ ਬਾਈ ਧਾਰ ਦੇ ਰਾਜਿਆਂ ਨੇ ਤੁਹਾਨੂੰ ਬਾਗੀ ਇਕਰਾਰ ਦੇ ਦਿੱਤਾ ਏ। ਉਹਨਾਂ ਨੇ ਆਖਿਆ ਕਿ ਗੁਰੂ ਗੋਬਿੰਦ ਸਿੰਘ ਸਰਕਾਰ ਤੋਂ ਬਾਗੀ ਹੋ ਗਿਆ ਤੇ ਆਪਾਂ ਔਰੰਗਜ਼ੇਬ ਨੂੰ ਚਿੱਠੀ ਲਿਖ ਦਈਏ ਕਿ ਗੁਰੂ ਗੋਬਿੰਦ ਸਿੰਘ ਨੂੰ ਹੁਣ ਕਾਬੂ ਕਰ ਲੈਣਾ ਚਾਹੀਦਾ ਏ, ਨਹੀਂ ਤਾਂ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਖਾਲਸਾ ਪੰਥ ਸਾਜਿਆ ਏ ਇਹ ਇਸਲਾਮ ਦੇ ਉੱਤੇ ਇਸਨੇ ਸ਼ਾਹ ਜਾਣਾ ਏ, ਇਸ ਕਰਕੇ ਗੁਰੂ ਗੋਬਿੰਦ ਸਿੰਘ ਨੂੰ ਆਪਾਂ ਫੜ ਲਈਏ। ਉਹਦੇ ਚਿੱਠੀ ਔਰੰਗਜ਼ੇਬ ਨੂੰ ਦਿੱਲੀ ਦੇ ਵਿੱਚ ਪਹੁੰਚ ਗਈ ਹੈ। ਔਰੰਗਜ਼ੇਬ ਦੇ ਭਰੇ ਦਰਬਾਰ ਦੇ ਵਿੱਚ ਇੱਕ ਸੂਰਮਾ ਉੱਠਿਆ ਇਤਿਹਾਸ ਦੇ ਵਿੱਚ ਜਿਹਦਾ ਨਾਂ ਪੈਂਦੇ ਖਾਨ ਆਇਆ। ਇੱਕ ਪੈਂਦੇ ਖਾਨ ਸੰਗਤ ਜੀ ਉਹ ਹੋਇਆ ਜਿਹੜਾ ਕਰਤਾਰਪੁਰ ਦੀ ਜੰਗ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਹੋਈ ਹੈ। ਇਹ ਪੈਂਦੇ ਖਾਨ ਗੁਰੂ ਗੋਬਿੰਦ ਸਿੰਘ ਜੀ ਦੇ ਯੁੱਗ ਵਿੱਚ ਹੋਇਆ ਏ। ਉਹ ਦਿੱਲੀ ਤੋਂ ਲੱਗਾ ਏ ਚੜ੍ਹਨ, ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਨੂੰ ਬੰਨ ਕੇ ਲੈ ਆਵਾਂਗਾ। ਉਹ ਸਟੇਜ 'ਤੇ ਖੜ੍ਹਾ ਹੋ ਕੇ ਕਹਿੰਦਾ ਮੈਨੂੰ ਘੋੜੇ ਊਠ ਹਾਥੀ ਮੈਨੂੰ ਸ਼ਸਤਰ ਤਲਵਾਰਾਂ ਅਤੇ ਬੰਦੂਕਾਂ ਦੇ ਦੇਵੋ, ਮੈਂ ਗੁਰੂ ਗੋਬਿੰਦ ਸਿੰਘ ਨੂੰ ਬੰਨ ਕੇ ਲੈ ਆਵਾਂ ਅਤੇ ਅਨੰਦਪੁਰ ਸਾਹਿਬ ਨੂੰ ਢਾਹੁਣ ਵਾਸਤੇ ਜਿਹੜੀਆਂ ਡੀਂਗਾਂ ਮਾਰਦਾ ਮੇਰੇ ਨਾਲ ਦੇ ਸਾਥੀ ਹੇ।